ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੀਆਂ ਜਿਹੜੀਆਂ ਸਿਆਸੀ ਵਿਰੋਧੀ ਧਿਰਾਂ ਆ ਉਹ ਟਰਾਂਸਪੋਰਟ ਸੈਕਟਰ ਦੇ ਵਿੱਚ ਇੱਕ CBI ਜਾਂਚ ਦੀ ਮੰਗ ਕਰ ਰਹੀਆਂ। ਪਿੱਛੇ ਜਦੋਂ ਮੋਗਾ ਬੱਸ ਕਾਂਡ ਹੋਇਆ ਉਸ ਤੋਂ ਬਾਅਦ ਇਹ ਮੰਗ ਜਿਹੜੀ ਆ ਹੋਰ ਵੀ ਵੱਧ ਗਈ। ਕੁਝ ਹਫ਼ਤੇ ਪਹਿਲਾਂ ਪੰਜਾਬ ਮੋਟਰਸ ਯੂਨੀਅਨ ਨੇ ਵੀ ਕੋਈ ਇਹੋ ਜਿਹੀ ਮੰਗ ਕੀਤੀ ਸੀ ਔਰ ਕੱਲ੍ਹ ਫਰਾਈਡੇ ਨੂੰ ਜਿਹੜੀ ਪੰਜਾਬ ਰੋਡਵੇਜ਼ ਜੁਆਇੰਟ ਐਕਸ਼ਨ ਕਮੇਟੀ ਆ ਉਹਨਾਂ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੱਕ ਸੈਂਟਰਲ ਏਜੰਸੀ CBI ਵੱਲੋਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਟਰਾਂਸਪੋਰਟ ਸੈਕਟਰ 'ਚ ਉਹਦੀ ਜਾਂਚ ਹੋਣੀ ਚਾਹੀਦੀ ਹੈ। ਇਸ ਕਮੇਟੀ ਦੇ ਕਨਵੀਨਰ ਅਮਰੀਕ ਸਿੰਘ ਗਿੱਲ ਨੇ 3-4 ਇਲਜ਼ਾਮ ਲਾਏ ਆ। ਇੱਕ ਇਲਜ਼ਾਮ ਤਾਂ ਉਹਨਾਂ ਇਹ ਲਾਇਆ ਵਾ ਕਿ 2007 ਦੇ ਵਿੱਚ ਜਿਹੜੀ ਅਕਾਲੀ ਭਾਜਪਾ ਸਰਕਾਰ ਵੱਲੋਂ ਟਰਾਂਸਪੋਰਟ ਪਾਲਿਸੀ ਨੀਤੀ ਬਣਾਈ ਗਈ ਸੀ ਉਹ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਬਣਾਈ ਗਈ ਸੀ। ਉਹਨਾਂ ਇਹ ਵੀ ਕਿਹਾ ਕਿ ਜਿਹੜੀ ਦਿੱਲੀ ਏਅਰਪੋਰਟ ਤੋਂ ਪੰਜਾਬ ਰੋਡਵੇਜ਼ ਦੀ ਜਿਹੜੀ ਬੱਸ ਚੱਲਦੀ ਸੀ ਉਹਨੂੰ ਇਸ ਕਰਕੇ ਨਹੀਂ ਬੰਦ ਕੀਤਾ ਗਿਆ ਕਿ ਉਹਨੂੰ ਘਾਟਾ ਸੀ ਉਸ ਬੱਸ ਦਾ, ਬੱਸ ਜਿਹੜੀ ਸੀ ਘਾਟੇ 'ਚ ਸੀ, ਉਹਨੂੰ ਇਸ ਕਰਕੇ ਬੰਦ ਕੀਤਾ ਗਿਆ ਕਿ ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਨੂੰ ਫਾਇਦਾ ਪਹੁੰਚ ਸਕੇ। ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਕੋਈ ਕੰਪਨੀ ਆ ਉਹ ਚਲਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਇੰਡੋ ਕੈਨੇਡੀਅਨ ਜਿਹੜੀ ਟਰਾਂਸਪੋਰਟ ਕੰਪਨੀ ਆ ਉਹ ਪੰਜਾਬ ਰੋਡਵੇਜ਼ ਨਾਲੋਂ 2 ਜਾਂ 3 ਗੁਣਾ ਜ਼ਿਆਦਾ ਕਿਰਾਇਆ ਪੈਸੇਂਜਰਾਂ ਤੋਂ ਲੈਂਦੀ ਹੈ। ਅਮਰੀਕ ਸਿੰਘ ਗਿੱਲ ਨੇ ਇੱਕ ਹੋਰ ਇਲਜ਼ਾਮ ਇਹ ਲਾਇਆ ਕਿ ਜਿਹੜੇ ਪੰਜਾਬ ਦੇ ਟਰਾਂਸਪੋਰਟ ਮਿਨਿਸਟਰ ਆ ਅਜੀਤ ਸਿੰਘ ਕੁਹਾੜ ਉਹਨਾਂ ਦੀ ਵੀ ਮਿਲੀ ਭੁਗਤ ਆ ਇਹ ਪ੍ਰਾਈਵੇਟ ਕੰਪਨੀਆਂ ਦੇ ਨਾਲ। ਸੋ ਇੱਥੋਂ ਹੁਣ ਇਹ ਲੱਗਦਾ ਵਾ ਵੀ ਸਾਰੇ ਪਾਸਿਓਂ ਹੀ ਇੱਕ CBI ਜਾਂਚ ਦੀ ਮੰਗ ਹੋ ਰਹੀ ਆ। ਸੋ ਪੰਜਾਬ ਸਰਕਾਰ ਨੂੰ ਹੋਰ ਕੀ ਐਵੀਡੈਂਸ ਚਾਹੀਦਾ ਵਾ ਵੀ ਕਿਸੇ ਬਾਹਰਲੀ ਏਜੰਸੀ ਤੋਂ ਇਹ ਸਾਰੀ ਦੀ ਇੱਕ ਇਨਕੁਆਇਰੀ ਕਰਾਈ ਜਾਏ। ਪਰ ਮੈਨੂੰ ਇੰਝ ਲੱਗ ਰਿਹਾ ਵੀ ਪੰਜਾਬ ਦੇ ਜਿਹੜੇ ਉਪ ਮੁੱਖ ਮੰਤਰੀ ਆ ਸੁਖਬੀਰ ਸਿੰਘ ਬਾਦਲ ਉਹ ਇੱਕ ਗੇਮ ਜਿਹੜੀ ਹੁੰਦੀ ਹੈ ਨਾ ਬਲਾਈਂਡ ਮੈਨਸ ਬਫ ਉਹ ਖੇਡ ਰਹੇ ਆ। ਇਹ ਛੋਟੇ ਹੁੰਦੇ ਆਪਾਂ ਗੇਮ ਖੇਡਦੇ ਸੀ ਵੀ ਅੱਖਾਂ 'ਤੇ ਤੁਸੀਂ ਪੱਟੀ ਬੰਨ੍ਹ ਲਓ ਅਤੇ ਫਿਰ ਤੁਸੀਂ ਆਪਣੇ ਸਾਥੀਆਂ ਨੂੰ ਲੱਭਦੇ ਫਿਰੋ। ਇਨਫੈਕਟ ਇਸ ਵੇਲੇ ਅੱਜ ਕੱਲ੍ਹ ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਰਹੇ ਆ ਵੀ ਜੇ ਤੁਹਾਨੂੰ ਕੋਈ ਗ੍ਰੀਵੈਂਸਿਸ ਆ ਤਾਂ ਤੁਸੀਂ ਈਮੇਲ ਕਰ ਸਕਦੇ, ਜੇ ਟੈਲੀਫੋਨ ਕਰਕੇ ਦੱਸੋ ਵੀ ਤੁਹਾਨੂੰ ਆਹ ਦਿੱਕਤ ਆ, ਆਹ ਪ੍ਰੋਬਲਮ ਆ, ਆਹ ਚੀਜ਼ ਸਹੀ ਹੋਣੀ ਚਾਹੀਦੀ ਆ। ਮੇਰਾ ਖਿਆਲ ਆ ਇਹੋ ਜਿਹੇ ਇਸ਼ਤਿਹਾਰ ਦੇ ਕੇ ਇਹੋ ਜਿਹੀਆਂ ਪ੍ਰੋਬਲਮਸ ਟਟੋਲਣ ਦੀ ਬਜਾਏ ਉਹਨਾਂ ਨੂੰ ਸਿਰਫ ਇੰਨਾ ਚਾਹੀਦਾ ਵਾ ਵੀ ਨਿਊਜ਼ ਪੇਪਰਸ ਦੇ ਜਿਹੜੇ ਨਿਊਜ਼ ਕਾਲਮਸ ਆ ਉਹ ਪੜ੍ਹ ਲੈਣ, ਉੱਥੇ ਸਭ ਕੁਝ ਲਿਖਿਆ ਵਾ। ਮੇਰੇ ਖਿਆਲ ਐਵੇਂ ਪੰਜਾਬ ਸਰਕਾਰ ਦਾ ਜਿਹੜਾ ਸਰਕਾਰੀ ਪੈਸਾ ਵਾ ਉਹ ਇਸ਼ਤਿਹਾਰਾਂ 'ਤੇ ਵੇਸਟ ਨਾ ਕਰਨ, ਇਹ ਬਲਾਈਂਡ ਮੈਨਸ ਬਫ ਜਿਹੜੀ ਗੇਮ ਆ ਇਹ ਖੇਡਣੀ ਬੰਦ ਕਰਨ। ਸਭ ਕੁਝ ਉਹਨਾਂ ਦੇ ਸਾਹਮਣੇ ਆ, ਸਿਰਫ ਇਹਨੂੰ ਪੜ੍ਹ ਕੇ ਅਤੇ ਇਹਦੇ 'ਤੇ ਐਕਟ ਕਰਨ ਦੀ ਲੋੜ ਹੈ।